ਕਿਵੇਂ ਆ ਦੋਸਤੋ, ਮੈਂ ਜਸ਼ਨ ਕੁਸ਼ਵਾਹਾ, ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ ਬਿੱਗ ਸਟਾਰ ਬਾਇਓ ਦੇ ਵਿੱਚ ਦੋਸਤੋ ਹਾਰਦਿਕ ਸਵਾਗਤ ਕਰਦਾ ਹਾਂ। ਦੋਸਤੋ ਅੱਜ ਮੈਂ ਤੁਹਾਡੇ ਨਾਲ ਉਸ ਐਕਟਰਸ ਦੀ ਗੱਲ ਕਰਾਂਗਾ ਜਿਨ੍ਹਾਂ ਨੇ ਇੱਕ ਫਿਲਮ ਨਾਲ ਹੀ ਸਭਨਾਂ ਦੇ ਦਿਲਾਂ 'ਤੇ ਦੋਸਤੋ ਰਾਜ ਕਰ ਲਿਆ ਅਤੇ ਉਹ ਫਿਲਮ ਸੁਪਰ ਡੁਪਰ ਦੋਸਤੋ ਹਿੱਟ ਰਹੀ। ਜੇਕਰ ਅਸੀਂ ਦੋਸਤੋ ਸੁਪਰ ਡੁਪਰ ਹਿੱਟ ਫਿਲਮਾਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਸੁਪਨਾ ਫਿਲਮ ਦਾ ਜ਼ਿਕਰ ਜ਼ਰੂਰ ਆਉਂਦਾ ਹੈ। ਦੋਸਤੋ ਤੁਸੀਂ ਸਹੀ ਪਹਿਚਾਣਿਆ। ਦੋਸਤੋ ਅੱਜ ਮੈਂ ਤੁਹਾਡੇ ਸਾਹਮਣੇ ਵਰਲਡ ਫੇਮਸ ਤੁਹਾਡੀ ਸਾਡੀ ਸਾਰਿਆਂ ਦੀ ਪਿਆਰੀ ਤਾਨੀਆ ਦੀ ਗੱਲ ਕਰਾਂਗਾ। ਸਭ ਤੋਂ ਪਹਿਲਾਂ ਮੈਂ ਦੋਸਤੋ ਤੁਹਾਨੂੰ ਇੱਕ ਰਿਕੁਐਸਟ ਕਰਨਾ ਚਾਹੂੰਗਾ, ਜੇਕਰ ਤੁਸੀਂ ਹਲੇ ਤੱਕ ਮੇਰੇ ਚੈਨਲ ਬਿੱਗ ਸਟਾਰ ਬਾਇਓ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੈਂ ਤੁਹਾਨੂੰ ਦੋਸਤੋ ਇੱਕ ਰਿਕੁਐਸਟ ਕਰੂੰਗਾ, ਸਾਰਿਆਂ ਤੋਂ ਪਹਿਲਾਂ ਮੇਰੇ ਯੂਟਿਊਬ ਚੈਨਲ ਬਿੱਗ ਸਟਾਰ ਬਾਇਓ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ, ਅਤੇ ਨਾਲ ਦਿੱਤੇ ਬੈੱਲ ਆਈਕਨ ਦੇ ਬਟਨ ਨੂੰ ਦੋਸਤੋ ਪ੍ਰੈਸ ਕਰ ਦਿਓ ਤਾਂ ਕਿ ਦੋਸਤੋ ਜਿਹੜੀ ਮੈਂ ਅਗਲੀ ਨਵੀਂ ਵੀਡੀਓ ਪਾਵਾਂ ਦੋਸਤੋ ਉਹ ਸਾਰਿਆਂ ਤੋਂ ਪਹਿਲਾਂ ਦੋਸਤੋ ਤੁਹਾਡੇ ਕੋਲ ਜਿਹੜੀ ਉਹ ਪਹੁੰਚ ਸਕੇ। ਚਲੋ ਦੋਸਤੋ ਹੁਣ ਆਪਾਂ ਆਪਣੀ ਵੀਡੀਓ ਨੂੰ ਦੋਸਤੋ ਸਟਾਰਟ ਕਰਦੇ ਹਾਂ। 2-1 ਗੋ ਬਿੱਗ ਸਟਾਰ ਬਾਇਓ। ਦੋਸਤੋ ਤਾਨੀਆ ਦਾ ਜਨਮ ਹੈ ਉਹ ਜੋ ਦੋਸਤੋ ਤਾਨੀਆ ਦਾ ਜਨਮ 6 ਮਈ 1993 ਨੂੰ ਜਮਸ਼ੇਦਪੁਰ ਝਾਰਖੰਡ ਇੰਡੀਆ ਦੇ ਵਿੱਚ ਹੋਇਆ। ਦੋਸਤੋ ਉਹਨਾਂ ਨੇ ਦੋਸਤੋ ਆਪਣੀ ਪੜ੍ਹਾਈ ਹੈ ਜਿਹੜੀ ਉਹ ਮਾਸਟਰ ਡਿਗਰੀ ਦੇ ਵਿੱਚ ਦੋਸਤੋ ਕੀਤੀ। ਤਾਨੀਆ ਨੂੰ ਐਕਟਿੰਗ ਦਾ ਸ਼ੌਂਕ ਤਾਂ ਦੋਸਤੋ ਸ਼ੁਰੂ ਤੋਂ ਹੀ ਸੀ, ਪਰ ਉਸਦੇ ਘਰਦਿਆਂ ਨੂੰ ਤਾਨੀਆ ਦੀ ਇਹ ਗੱਲ ਦੋਸਤੋ ਪਸੰਦ ਨਹੀਂ ਸੀ। ਫਿਰ ਘਰਦਿਆਂ ਨੇ ਤਾਨੀਆ ਨੂੰ ਕਿਹਾ ਕਿ ਜੇਕਰ ਤੂੰ ਐਕਟਿੰਗ ਲਾਈਨ ਵਿੱਚ ਜਾਣਾ ਚਾਹੁੰਦੀ ਹਾਂ ਤਾਂ ਸਾਰਿਆਂ ਤੋਂ ਪਹਿਲਾਂ ਆਪਣੀ ਪੜ੍ਹਾਈ ਨੂੰ ਕੰਪਲੀਟ ਕਰ ਅਤੇ ਵਧੀਆ ਨੰਬਰ ਦੇ ਨਾਲ ਪੁਜੀਸ਼ਨ ਹੈ ਜਿਹੜੀ ਉਹ ਹਾਸਲ ਕਰਨੀ ਪਊਗੀ। ਤਾਨੀਆ ਵੀ ਦੋਸਤੋ ਆਪਣੀ ਗੱਲ ਦੀ ਪੱਕੀ ਰਹੀ। ਦੋਸਤੋ ਉਸਨੇ ਐਕਟਿੰਗ ਦੇ ਲਈ ਦੋਸਤੋ ਆਪਣੀ ਪੜ੍ਹਾਈ ਹੈ ਜਿਹੜੀ ਪੜ੍ਹਾਈ ਵੀ ਜਾਰੀ ਰੱਖੀ ਦੋਸਤੋ, ਅਤੇ ਨਾਲ ਦੀ ਨਾਲ ਦੋਸਤੋ ਉਹ ਐਕਟਿੰਗ ਲਾਈਨ ਦੇ ਵਿੱਚ ਵੀ ਦੋਸਤੋ ਪੈ ਗਈ ਸੀ। ਅਤੇ ਉਹਨੇ ਪੜ੍ਹਾਈ ਦੋਸਤੋ 95% ਅੰਕ ਦੇ ਨਾਲ ਦੋਸਤੋ ਆਪਣੀ ਮਾਸਟਰ ਡਿਗਰੀ ਆ ਉਸਨੂੰ ਦੋਸਤੋ ਕੰਪਲੀਟ ਕਰ ਲਿਆ। ਅਤੇ ਤਾਨੀਆ ਜਿਹੜੀ ਉਹ ਐਕਟਿੰਗ ਲਾਈਨ ਵੱਲ ਨੂੰ ਦੋਸਤੋ ਆਉਣਾ ਸ਼ੁਰੂ ਕਰ ਦਿੱਤਾ ਤਾਨੀਆ ਨੇ। ਜੇਕਰ ਦੋਸਤੋ ਅਸੀਂ ਉਹਨਾਂ ਦੇ ਫਿਲਮੀ ਕਰੀਅਰ ਦੀ ਦੋਸਤੋ ਗੱਲ ਕਰੀਏ ਤਾਂ ਉਹਨਾਂ ਨੇ ਐਮੀ ਵਿਰਕ ਦੀ ਫਿਲਮ ਕਿਸਮਤ ਦੇ ਗੀਤ ਵਿੱਚ ਬਹੁਤ ਵਧੀਆ ਮਾਡਲ ਦੇ ਤੌਰ 'ਤੇ ਦੋਸਤੋ ਭੂਮਿਕਾ ਨਿਭਾਈ, ਜੋ ਕਿ ਲੋਕਾਂ ਨੇ ਦੋਸਤੋ ਬੇਹੱਦ ਪਸੰਦ ਕੀਤੀ। ਅਤੇ ਫਿਰ ਉਹਨਾਂ ਨੇ ਗੁਰਨਾਮ ਭੁੱਲਰ ਦੀ ਆਈ ਫਿਲਮ ਗੁੱਡੀਆਂ ਪਟੋਲੇ ਦੇ ਵਿੱਚ ਦੋਸਤੋ ਸੀਨ ਕੀਤਾ ਸੀ। ਦੋਸਤੋ ਉਸ ਫਿਲਮ ਨੇ ਦੋਸਤੋ ਤਾਨੀਆ ਨੂੰ ਇੱਕ ਅਲੱਗ ਜਿਹੀ ਪਹਿਚਾਣ ਦੇ ਦਿੱਤੀ ਅਤੇ ਤਾਨੀਆ ਸਾਰਿਆਂ ਦੀ ਵਰਲਡ ਦੋਸਤੋ ਫੇਮਸ ਹੈ ਜਿਹੜੀ ਉਹ ਬਣ ਗਈ। ਦੋਸਤੋ ਉਸ ਫਿਲਮ ਦੇ ਨਾਲ ਦੋਸਤੋ ਤਾਨੀਆ ਨੇ ਖੂਬ ਨਾਮ ਕਮਾਇਆ। ਦੋਸਤੋ ਉਸ ਤੋਂ ਬਾਅਦ ਤਾਨੀਆ ਦੀ ਹੁਣ ਕਹੀ ਫਿਲਮ ਜਿਹੜੀ ਆ ਉਹ ਰਿਲੀਜ਼ ਹੋਈ ਸੀ ਸੁਪਨਾ, ਜੋ ਕਿ ਤੁਸੀਂ ਦੋਸਤੋ ਸਾਰਿਆਂ ਨੇ ਦੇਖੀ ਹੋਊਗੀ। ਜੇਕਰ ਦੋਸਤੋ ਅਸੀਂ ਉਸ ਫਿਲਮ ਦੀ ਗੱਲ ਕਰੀਏ ਤਾਂ ਉਹ ਫਿਲਮ ਅਜਿਹੀ ਫਿਲਮ ਹੈ ਜੋ ਕਿ ਪੰਜਾਬੀ ਇੰਡਸਟਰੀ ਦੀ ਗੋਲਡ ਰੈਟੇਸ਼ਨ ਫਿਲਮ ਆ ਜਿਹੜੀ ਉਹ ਬਣ ਗਈ ਆ। ਦੋਸਤੋ ਉਹ ਫਿਲਮ ਜਦੋਂ ਸਾਰਿਆਂ ਨੇ ਦੋਸਤੋ ਥੀਏਟਰ ਦੇ ਵਿੱਚ ਦੇਖੀ ਦੋਸਤੋ ਤਾਂ ਉਹ ਫਿਲਮ ਨੂੰ ਵੇਖ ਕੇ ਦੋਸਤੋ ਸਾਰੇ ਹੀ ਇਮੋਸ਼ਨਲ ਲਗਭਗ ਦੋਸਤੋ ਹੋ ਗਏ। ਉਹ ਫਿਲਮ ਦੋਸਤੋ ਇੰਨੀ ਇਨੋਸੈਂਟ ਫਿਲਮ ਸੀ ਕਿ ਜੋ ਇੱਕ ਵਾਰੀ ਦੇਖ ਲੈਂਦਾ ਸੀ ਦੋਸਤੋ ਉਹ ਫਿਲਮ ਨੂੰ ਦੋਸਤੋ ਭੁੱਲਦਾ ਨਹੀਂ ਆ। ਦੋਸਤੋ ਦੋਸਤੋ ਮੈਂ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਇਹ ਵੀਡੀਓ ਦੋਸਤੋ ਪਸੰਦ ਆਈ ਹੋਊਗੀ। ਜੇਕਰ ਦੋਸਤੋ ਤੁਹਾਨੂੰ ਮੇਰੀ ਇਹ ਵੀਡੀਓ ਦੋਸਤੋ ਚੰਗੀ ਲੱਗੀ ਤਾਂ ਮੇਰੀ ਵੀਡੀਓ ਨੂੰ ਦੋਸਤੋ ਲਾਈਕ ਅਤੇ ਕਮੈਂਟ ਦੋਸਤੋ ਜ਼ਰੂਰ ਕਰਿਓ। ਦੋਸਤੋ ਮੈਂ ਦੋਸਤੋ ਇੱਕ ਵਾਰ ਤੁਹਾਨੂੰ ਦੁਬਾਰਾ ਫਿਰ ਰਿਕੁਐਸਟ ਕਰਨਾ ਚਾਹੁੰਦਾ ਕਿ ਜੇਕਰ ਤੁਸੀਂ ਹਾਲੇ ਤੱਕ ਮੇਰੇ ਯੂਟਿਊਬ ਚੈਨਲ ਬਿੱਗ ਸਟਾਰ ਬਾਇਓ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ, ਸਾਰਿਆਂ ਤੋਂ ਪਹਿਲਾਂ ਮੇਰੇ ਚੈਨਲ ਬਿੱਗ ਸਟਾਰ ਬਾਇਓ ਨੂੰ ਦੋਸਤੋ ਸਬਸਕ੍ਰਾਈਬ ਕਰ ਦਿਓ। ਦੋਸਤੋ ਇੱਕ ਗੱਲ ਜ਼ਰੂਰ ਲਿਖੋ ਦੋਸਤੋ ਕਿ ਮੈਂ ਅਗਲੀ ਜਿਹੜੀ ਬਾਇਓਗ੍ਰਾਫੀ ਆ ਉਹ ਕਿਸ